ਸਾਲ 2021 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਸਕ੍ਰੈਪ ਪਾਲਿਸੀ ਦੇ ਬਾਵਜੂਦ ਆਪਣੇ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਨਾ ਹਟਾਉਣ ਵਾਲਿਆਂ ਨੂੰ ਹੁਣ ਗ੍ਰੀਨ ਟੈਕਸ ਦੇ ਕੇ ਹੀ ਆਪਣੇ ਵਾਹਨ ਸੜਕਾਂ 'ਤੇ ਉਤਾਰਨੇ ਪੈਣਗੇ। ਪਿਛਲੇ ਇੱਕ ਸਾਲ ਤੋਂ ਪੁਰਾਣੇ ਵਾਹਨ ਜੋ ਬਹੁਤ ਜ਼ਿਆਦਾ ਪ੍ਰਦੂਸ਼ਣ ਦੇ ਕਾਰਕ ਨੇ ਨੂੰ ਸੜਕਾਂ ਤੋਂ ਹਟਾਉਣ ਤੋਂ ਵਿਚਾਰ ਕੀਤਾ ਜਾ ਰਿਹਾ ਸੀ, ਪਰ ਪੁਰਾਣੇ ਵਾਹਨ ਮਾਲਕਾਂ ਵੱਲੋਂ ਇਸ ਦਾ ਇਹ ਕਹਿੰਦੇ ਹੋਏ ਜ਼ੋਰਦਾਰ ਵਿਰੋਧ ਵੀ ਕੀਤਾ ਗਿਆ ਸੀ ਕਿ ਵਾਹਨ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਅਜਿਹੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ। 2022 ਦੀਆਂ ਚੋਣਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਥਾਵਾਂ 'ਤੇ ਰੋਕ ਰੋਕ ਕੇ ਵਾਹਨ ਚਾਲਕਾਂ ਨੇ ਇਸ ਨੀਤੀ ਨੂੰ ਅਮਲ 'ਚ ਨਾ ਲਿਆਉਣ ਲਈ ਕਿਹਾ ਸੀ। ਮੁੱਖ ਮੰਤਰੀ ਨੇ ਵੀ ਭਰੋਸਾ ਦਿਵਾਇਆ ਕਿ ਉਹ ਅਜਿਹੀ ਨੀਤੀ ਨਹੀਂ ਲਿਆਉਣਗੇ। ਹੁਣ ਇੱਕ ਵਾਰ ਵਿੱਚ ਦਾ ਰਸਤਾ ਕੱਢਿਆ ਗਿਆ ਜਿਸ ਦੀ ਮਨਜ਼ੂਰੀ ਬੀਤੇ ਦਿਨ ਹੀ ਹੋਈ ਕੈਬਨਿਟ ਦੀ ਮੀਟਿੰਗ 'ਚ ਦਿੱਤੀ ਗਈ ਹੈ। ਹੁਣ ਜੇਕਰ 15 ਸਾਲ ਪੁਰਾਣੇ ਵਾਹਨ ਨੂੰ ਚਲਾਉਣਾ ਹੈ ਤਾਂ ਉਸਦੇ ਲਈ ਮੁੜ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਗ੍ਰੀਨ ਟੈਕਸ ਅਦਾ ਕਰਕੇ 5 ਸਾਲ ਤੱਕ ਵਾਹਨ ਨੂੰ ਸੜਕਾਂ 'ਤੇ ਚਲਾਇਆ ਜਾ ਸਕੇਗਾ। ਦੋ ਪਹੀਆ ਵਾਹਨ, 500-1500 ਸੀਸੀ ਪੈਟਰੋਲ ਨਾਲ ਚੱਲਣ ਵਾਲਾ ਵਾਹਨ 3000 ਰੁਪਏ ਪ੍ਰਤੀ ਸਾਲ, 1500 ਸੀਸੀ ਡੀਜ਼ਲ ਨਾਲ ਚੱਲਣ ਵਾਲੀ ਕਾਰ 4000 ਰੁਪਏ ਪ੍ਰਤੀ ਸਾਲ, 1500 ਸੀਸੀ ਤੋਂ ਵੱਧ ਪੈਟਰੋਲ ਵਾਹਨ 4000 ਰੁਪਏ ਪ੍ਰਤੀ ਸਾਲ, 1500 ਸੀਸੀ ਤੋਂ ਵੱਧ ਡੀਜ਼ਲ ਵਾਹਨਾਂ ਲਈ 6000 ਰੁਪਏ ਪ੍ਰਤੀ ਸਾਲ, ਕਮਰਸ਼ੀਅਲ ਵਾਹਨ 8 ਸਾਲ ਪੁਰਾਣਾ ਮੋਟਰਸਾਈਕਲ 250 ਰੁਪਏ ਪ੍ਰਤੀ ਸਾਲ, 3 ਪਹੀਆ ਵਾਹਨ 300 ਰੁਪਏ ਸਾਲਾਨਾ, ਮੈਕਸੀ ਕੈਬ 500 ਰੁਪਏ ਸਾਲਾਨਾ, ਲਾਈਟ ਮੋਟਰ ਵਹੀਕਲ ਰੁਪਏ 1500 ਰੁਪਏ ਸਾਲਾਨਾ ਟੈਕਸ, ਮੱਧਮ ਮੋਟਰ ਵਾਹਨ 2000 ਰੁਪਏ ਟੈਕਸ, ਭਾਰੀ ਵਾਹਨ 2500 ਰੁਪਏ ਸਾਲਾਨਾ। ਟਰਾਂਸਪੋਰਟ ਵਿਭਾਗ ਦੇ ਇੱਕ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਕ੍ਰੈਪ ਨੀਤੀ ਲਾਗੂ ਹੋਣ ਤੋਂ ਬਾਅਦ ਲੋਕਾਂ ਦੇ ਵਿਰੋਧ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੁਰਾਣੇ ਵਾਹਨਾਂ 'ਤੇ ਪਾਬੰਦੀ ਨਹੀਂ ਲਗਾਈ ਹੈ। ਉਹਨਾਂ ਕਿਹਾ ਕਿ ਗ੍ਰੀਨ ਟੈਕਸ ਲਗਾਉਣ ਪਿੱਛੇ ਸਾਡੇ 2 ਉਦੇਸ਼ ਸਨ। ਪਹਿਲਾ, ਪੁਰਾਣੇ ਵਾਹਨਾਂ ਨੂੰ ਸੜਕ ਤੋਂ ਹਟਾਉਣਾ ਤਾਂ ਜੋ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ। ਜਦੋਂ ਹਰ ਕਿਸੇ ਨੂੰ ਗ੍ਰੀਨ ਟੈਕਸ ਕਾਰਨ ਸਾਲਾਨਾ ਟੈਕਸ ਦੇਣਾ ਪਵੇਗਾ, ਉਹ ਨਵੀਆਂ ਗੱਡੀਆਂ ਖਰੀਦਣ ਲਈ ਉਤਾਵਲੇ ਹੋਣਗੇ। ਦੂਸਰਾ, ਜੇਕਰ ਕੋਈ ਅਜਿਹਾ ਨਹੀਂ ਕਰਨਾ ਚਾਹੁੰਦਾ ਤਾਂ ਉਹ ਟੈਕਸ ਦੇਵੇ ਤਾਂ ਜੋ ਆਮਦਨ ਦਾ ਸਰੋਤ ਵੀ ਵਧਾਇਆ ਜਾ ਸਕੇ। ਫਿਲਹਾਲ ਅਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੇ ਕਿ ਗ੍ਰੀਨ ਟੈਕਸ ਤੋਂ ਕਿੰਨੀ ਆਮਦਨ ਹੋਵੇਗੀ, ਪਰ ਇਹ ਤੈਅ ਹੈ ਕਿ ਭਾਵੇਂ ਲੋਕ ਪੁਰਾਣੇ ਵਾਹਨ ਚਲਾਉਣ ਜਾਂ ਪੁਰਾਣੇ ਵਾਹਨ ਨੂੰ ਸਕ੍ਰੈਪ ਕਰਾਰ ਦੇ ਕੇ ਨਵਾਂ ਵਾਹਨ ਖਰੀਦਣ, ਸਰਕਾਰ ਦੀ ਆਮਦਨ ਵਧੇਗੀ। ਇੱਕ ਹੋਰ ਅਹਿਮ ਫੈਸਲੇ 'ਚ ਮੰਤਰੀ ਮੰਡਲ ਨੇ ਟੂਰਿਸਟ ਵਾਹਨਾਂ 'ਤੇ ਲੱਗੇ ਮੋਟਰ ਵਹੀਕਲ ਟੈਕਸ ਨੂੰ ਵੀ ਘਟਾ ਦਿੱਤਾ ਹੈ। ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਟੂਰਿਸਟ ਵਾਹਨਾਂ ਤੋਂ ਵੱਡੀ ਰਕਮ ਵਸੂਲੀ ਜਾਂਦੀ ਸੀ। ਵਾਹਨਾਂ 'ਤੇ ਟੈਕਸ ਘਟਾਉਣ ਦਾ ਮਕਸਦ ਲਗਜ਼ਰੀ ਟੂਰਿਸਟ ਵਾਹਨਾਂ ਦੇ ਏਕਾਧਿਕਾਰ ਨੂੰ ਘਟਾਉਣਾ ਅਤੇ ਮੁਕਾਬਲੇ ਦਾ ਮਾਹੌਲ ਬਣਾਉਣਾ ਹੈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ 65 ਸੀਟਾਂ ਵਾਲੀ ਟੂਰਿਸਟ ਬੱਸ ਦਾ ਮੋਟਰ ਵਹੀਕਲ ਟੈਕਸ 7000 ਰੁਪਏ ਪ੍ਰਤੀ ਸੀਟ ਸੀ, ਹੁਣ ਇੱਕ ਆਮ ਬੱਸ 'ਤੇ ਪ੍ਰਤੀ ਸੀਟ 2050 ਰੁਪਏ, ਡੀਲੈਕਸ ਨੌਨ ਬੱਸ AC 'ਤੇ 2650 ਰੁਪਏ, AC ਡੀਲੈਕਸ ਬੱਸ 'ਤੇ 4150 ਰੁਪਏ ਅਤੇ ਸੁਪਰ ਬੱਸ 'ਤੇ 5000 ਰੁਪਏ ਪ੍ਰਤੀ ਸੀਟ ਵਸੂਲੇ ਜਾਣਗੇ। ਉਹਨਾਂ ਦੱਸਿਆ ਕਿ ਵੱਧ ਟੈਕਸਾਂ ਕਾਰਨ ਬੱਸ ਓਪਰੇਟਰ ਪੰਜਾਬ 'ਚ ਆਪਣੀਆਂ ਬੱਸਾਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾ ਰਹੇ ਸਨ। ਵਿਭਾਗ ਨੇ 2017 ਤੋਂ 2022 ਤੱਕ ਦੇ 5 ਸਾਲਾਂ ਦੇ ਅੰਕੜਿਆਂ ਦੀ ਖੋਗ ਕੀਤੀ ਅਤੇ ਪਾਇਆ ਕਿ ਪੰਜਾਬ ਵਿੱਚ ਸਿਰਫ 206 ਟੂਰਿਸਟ ਬੱਸਾਂ ਹੀ ਰਜਿਸਟਰਡ ਸਨ।